ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਏ ਜੀ ਜੋ ਕਿ ਬੈਂਕ ਦੇ ਵਿੱਚ ਨਿਕਲ ਕੇ ਆ ਚੁੱਕੀ ਹੈ ਇਹ ਬਹੁਤ ਹੀ ਵਧੀਆ ਰਿਕਰੂਟਮੈਂਟ ਹੈ ਜਿਸ ਦੇ ਵਿੱਚ ਅਲੱਗ-ਅਲੱਗ ਵੈਕੈਂਸੀਜ਼ ਜਿਹੜੀ ਨੇ ਆਊਟ ਹੋਈਆਂ ਨੇ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ-ਕੀ ਐਲੀਜੀਬਿਲਿਟੀ ਮੰਗੀ ਗਈ ਹੈ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਾਂਗਾ ਸੋ ਵੀਡੀਓ ਨੂੰ ਤੁਸੀਂ ਅੰਤ ਤੱਕ ਪੂਰਾ ਜ਼ਰੂਰ ਦੇਖਣਾ ਹੈ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਜਿਸ ਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਉਗੇ ਸੋ ਇਸ ਤੋਂ ਇਲਾਵਾ ਹੋਰ ਵੀ ਕਈ ਵੈਕੈਂਸੀਜ਼ ਜਿਹੜੀਆਂ ਨੇ ਉਹ ਪੰਜਾਬ ਦੇ ਲਈ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਸਾਡੇ ਚੈਨਲ ਤੇ ਪਲੱਸ ਸਾਡੀ ਵੈਬਸਾਈਟ ਜੋ ਕਿ www.clori.com Google 'ਤੇ ਜਾ ਕੇ ਤੁਸੀਂ ਟਾਈਪ ਕਰੋਗੇ ਫਸਟ ਨੰਬਰ ਤੇ ਤੁਹਾਨੂੰ ਸਾਡੀ ਵੈਬਸਾਈਟ ਮਿਲ ਜਾਏਗੀ ਉੱਥੋਂ ਤੁਸੀਂ ਸਾਰੀ ਹੀ ਇਨਫੋਰਮੇਸ਼ਨ ਲੈ ਪਾਉਗੇ ਹਰ ਇੱਕ ਭਰਤੀ ਦੇ ਰਿਲੇਟਡ ਚਾਹੇ ਉਹ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਜਾਂ ਫਿਰ ਸੈਂਟਰ ਗਵਰਨਮੈਂਟ ਵੱਲੋਂ ਹੋਵੇ ਜਾਂ ਸਟੇਟ ਗਵਰਨਮੈਂਟ ਵੱਲੋਂ ਜਾਂ ਸੈਮੀ ਗਵਰਨਮੈਂਟ ਵੱਲੋਂ ਹਰ ਤਰ੍ਹਾਂ ਦੀਆਂ ਵੈਕੈਂਸੀਸ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹੀ ਰਹਨੇ ਹਾਂ ਸੋ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿਸੇ ਵੀ ਐਗਜ਼ਾਮੀਨੇਸ਼ਨ ਦੇ ਰਿਲੇਟਿਡ ਅਪਡੇਟਸ ਚਾਹੀਏ ਹੋ ਰਿਜ਼ਲਟ ਦੇ ਰਿਲੇਟਿਡ ਹੋਣ ਚਾਹੇ ਐਡਮਿਟ ਕਾਰਡ ਦੇ ਰਿਲੇਟਿਡ ਹੋਣ ਚਾਹੇ ਪੋਸਟਪੋਨ ਹੋਈ ਹੋਵੇ ਜਾਂ ਫਿਰ ਰੀਓਪਨ ਹੋਈਆਂ ਵੈਕੈਂਸੀਸ ਦੇ ਬਾਰੇ ਵੀ ਸਾਰੇ ਅਪਡੇਟ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਚੈੱਕ ਕਰ ਪਾਉਗੇ ਤੇ ਅਗਰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰ ਰਹੇ ਹੋ ਉਦ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਨੋਟੀਫਿਕੇਸ਼ਨ ਤੇ ਤੇ ਆਪਾਂ ਡਿਸਕਸ ਕਰਦੇ ਹਾਂ ਕਿ ਇਹ ਵੈਕੈਂਸੀਸ ਦੇ ਲਈ ਮੰਗਿਆ ਗਿਆ ਤੇ ਕੌਣ-ਕੌਣ ਇਹਦੇ ਲਈ ਐਲੀਜੀਬਲ ਹੋਣ ਵਾਲਾ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਰਿਲੀਜ਼ ਕੀਤਾ ਗਿਆ ਹੈ ਬੈਂਕ ਆਫ ਇੰਡੀਆ ਦੇ ਵੱਲੋਂ ਜਿਹੜਾ ਜੀ ਆਊਟ ਕੀਤਾ ਗਿਆ ਹੈ ਤੇ ਇਹ ਜਿਹੜੀ ਰਿਕਰੂਟਮੈਂਟ ਹੋ ਰਹੀ ਹੈ ਉਹ ਬੈਂਕ ਆਫ ਇੰਡੀਆ ਦੇ ਵਿੱਚ ਹੀ ਤੁਹਾਡੀ ਜਿਹੜੀ ਅਪਾਇੰਟਮੈਂਟ ਉਹ ਹੋਏਗੀ ਨੋਟੀਫਿਕੇਸ਼ਨ ਸੋ 21 ਨੂੰ ਜਿਹੜਾ ਜੀ ਉਹ ਕੱਢਿਆ ਗਿਆ ਸੀਗਾ ਔਰ ਇਸ ਦੇ ਵਿੱਚ ਐਪਲੀਕੇਸ਼ਨ ਜਿਹੜੀ ਅਪਲਾਈ ਕਰਨੀ 12 ਅਕਤੂਬਰ 2021 ਨੂੰ ਆਲਰੇਡੀ ਸਟਾਰਟ ਹੋ ਚੁੱਕੀ ਹੈ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਲਾਸਟ ਡੇਟ ਅਪਲਾਈ ਕਰਨ ਦੀ 25 ਅਕਤੂਬਰ 2021 ਰਹੇਗੀ ਔਰ ਇਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਆਲ ਇੰਡੀਆ ਮੇਲ ਅਤੇ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਮੇਨ ਚੀਜ਼ ਹੈ ਫਰੈਸ਼ਰਸ ਦੇ ਲਈ ਅਪਲਾਈ ਕਰ ਸਕਦੇ ਦੇ ਵਿੱਚ ਔਰ ਇਸ ਦੇ ਵਿੱਚ ਤੁਹਾਡੇ ਕੋਲੋ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਨਹੀਂ ਮੰਗੀ ਗਈ ਤੁਸੀਂ ਜਨਰਲ OBC EWS SC ST PWD ਸਵੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਲਈ ਕਿਸੇ ਤਰ੍ਹਾਂ ਦੀ ਕੋਈ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਨਹੀਂ ਮੰਗੀ ਗਈ ਹੈ ਇਸ ਦੇ ਵਿੱਚ ਹੁਣ ਗੱਲ ਕਰ ਲੈਣੇ ਪੋਸਟਾਂ ਦੀ ਔਰ ਇਸ ਦੇ ਵਿੱਚ ਜਿਹੜੀ ਹੈ ਏਜ ਲਿਮਿਟ ਕਿੰਨੀ ਮੰਗੀ ਗਈ ਹੈ ਸਭ ਤੋਂ ਪਹਿਲਾਂ ਆਫਿਸ ਅਸਿਸਟੈਂਟ ਦੀ ਪੋਸਟ ਹੈ ਜੀ ਜਿਸ ਵਿੱਚ ਮੇਲ ਅਤੇ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ ਲੈ ਕੇ 63 ਸਾਲ ਤੱਕ ਦੀ ਏਜ ਵਾਲੇ ਕੈਂਡੀਡੇਟ ਐਲੀਜੀਬਲ ਨੇ ਆਫਿਸ ਅਟੈਂਡੈਂਟ ਦੀ ਹੈ ਜਿਹਦੇ ਲਈ ਮੇਲ ਅਤੇ ਫੀਮੇਲ ਦੋਨੋਂ ਐਲੀਜੀਬਲ ਨੇ 18 ਤੋਂ 63 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਨੈਕਸਟ ਪੋਸਟ ਹੈ ਕਾਉਂਸਲਰ ਦੀ ਜਿਸ ਮੈਕਸਿਮ 40 ਸਾਲ ਤੱਕ ਦੇ ਕੈਂਡੀਡੇਟ ਨੇ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਫੈਕਲਟੀ ਦੇ ਪੋਸਟਾਂ ਨੇ ਜੀ ਮੇਲ ਤੇ ਫੀਮੇਲ ਦੋਨੋਂ ਹੀ ਅਪਲਾਈ ਕਰ ਸਕਦੇ ਨੇ ਮੈਕਸਿਮ 63 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਵਾਚਮੈਨ ਕਮ ਗਾਰਡਨਰ ਦੀ ਪੋਸਟ ਹੈ ਜੀ ਜਿਸ ਦੇ ਵਿੱਚ ਤੁਹਾਨੂੰ 18 ਤੋਂ 63 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਰਹਿਣਗੇ ਤੇ ਅਪਲਾਈ ਕਰ ਸਕਦੇ ਨੇ ਨੈਕਸਟ ਕੁਝ ਇੱਕ ਪੋਸਟਾਂ ਦੇ ਲਿੰਕ ਮੈਂ ਤੁਹਾਨੂੰ ਦਿੱਤੇ ਹੋਏ ਨੇ ਜਿਹੜੇ ਰੀਸੈਂਟਲੀ ਆਊਟ ਹੋਈਆਂ ਨੇ ਤੁਸੀਂ ਉਹ ਵੀ ਚੈੱਕ ਆ ਸਕਦੇ ਹੋ ਮੈਂ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਐਲੀਜੀਬਿਲਿਟੀ ਦੀ ਜੇਕਰ ਮ ਗ੍ਰੈਜੂਏਸ਼ਨ ਤੇ ਬੇਸਿਕ ਨੌਲੇਜ ਜਿਹੜੀ ਕੰਪਿਊਟਰ ਜਿੰਨਾਂ ਨੂੰ ਹੈਗੀ ਹੈ ਉਹ ਕਰ ਸਕਦੇ ਨੇ 15000 ਇਚ ਤੁਹਾਡੀ ਸੈਲਰੀ ਰਹਿਣ ਵਾਲੀ ਹੈ ਜੀ ਆਫਿਸ اٹੈਂਡੈਂਟ ਦੀ ਪੋਸਟ ਹੈ 10ਵੀਂ ਪਾਸ ਕੈਂਡੀਡੇਟ ਐਲੀਜੀਬਲ ਨੇ 8000 ਤੁਹਾਡੀ ਸੈਲਰੀ ਰਹੇਗੀ ਕਾਉਂਸਲਰ ਦੀ ਗ੍ਰੈਜੂਏਟ ਕੈਂਡੀਡੇਟ ਐਲੀਜੀਬਲ ਨੇ 18000 ਤੁਹਾਡੀ ਜਿਹੜੀ ਹੈ ਜੀ ਉਹ ਉਹ ਜਿਹੜੀ ਸੈਲਰੀ ਰਹੇਗੀ ਫੈਕਲਟੀ ਦੀ ਗ੍ਰੈਜੂਏਟ ਅਤੇ ਡਿਪਲੋਮਾ ਕੈਂਡੀਡੇਟ एलिजिਪਲ ਨਹੀਂ ਉਹਦੇ ਲਈ 20000 ਤੁਹਾਡੀ ਸੈਲਰੀ ਰਹੇਗੀ ਵਾਚਨ ਕਮ ਗਾਰਡਨਰ ਦੀ 8ਵੀਂ ਪਾਸ ਕੈਂਡੀਡੇਟ ਨੇ ਤੇ 5000 ਪ੍ਰਤੀ ਮਹੀਨਾ ਤੋਂ ਸੈਲਰੀ ਜਿਹੜੀ ਇਹ ਚ ਦਿੱਤੀ ਜਾਏਗੀ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਸਿਲੈਕਸ਼ਨ ਪ੍ਰੋਸੈਸ ਤੁਹਾਡਾ ਇੰਟਰਵਿਊ ਹੋਏਗਾ ਕਾਉਂਸਲਰ ਪੋਸਟ ਦੇ ਲਈ ਫੈਕਲਟੀ ਮੈਂਬਰਸ ਦੇ ਲਈ ਰਿਟਨ ਟੈਸਟ ਅਤੇ ਇੰਟਰਵਿਊ ਹੋਣ ਵਾਲਾ ਹੈ ਜੀ ਆਫਿਸ ਅਸਿਸਟੈਂਟ ਦੀ ਜਿਹੜੀ ਜੀ ਰਿਟਨ ਟੈਸਟ ਔਰ ਪਰਸਨਲ ਇੰਟਰਵਿਊ ਹੋਏਗੀ ਆਫਿਸ ਅਟੈਂਡੈਂਟ ਦੀ ਜਿਹੜੀ ਸਿਰਫ ਇ ਮੈਂ ਗੱਲ ਕਰਾਂ ਇਸ ਦੇ ਵਿੱਚ ਵਾਚਮੈਨ ਕਮ ਗਾਰਡਨਰ ਦੀ ਪਰਸਨਲ ਇੰਟਰਵਿਊ ਹੋਏਗੀ ਔਰ ਇਸ ਦੇ ਲਈ ਤਾਂ ਨੂੰ ਸਭ ਤੋਂ ਪਹਿਲਾਂ ਤਾਂ ਅਪਲਾਈ ਕਿੱਦਾਂ ਕਰਨਾ ਹੈ ਉਹ ਮੈਂ ਦੱਸ ਦਿੰਨਾ ਜੀ ਇਹਦੇ ਵਿੱਚ ਦੋ ਅਲੱਗ-ਅਲੱਗ ਲਿੰਕ ਤੁਸੀਂ ਦੇਖ ਪਾ ਰਹੇ ਹੋ ਜੋ ਕਿ ਅਲੱਗ-ਅਲੱਗ ਦਿੱਤੇ ਹੋਏ ਨੇ ਹੁਣ ਅਪਲਾਈ ਕਰਨ ਦੀ ਕਾਫੀ ਸਾਰੇ ਕੈਂਡੀਡੇਟ ਜਿਹੜੇ ਨੇ ਉਹ ਕਮੈਂਟ ਕਰਦੇ ਨੇ ਕਿ ਅਪਲਾਈ ਕਿੱਦਾਂ ਕਰਨਾ ਹੈ ਅਪਲਾਈ ਕਿੱਦਾਂ ਕਰਨਾ ਹੈ ਮੈਂ ਇਹੀ ਰਿਕਵੈਸਟ ਕਰਾਂਗਾ ਕਿ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਆ ਕਰੋ ਕਿਉਂਕਿ ਵੀਡੀਓ ਚ ਐਸੇ ਦੱਸਦੇ ਕਿੱਦਾਂ ਅਪਲਾਈ ਕਰਨਾ ਹੈ ਕਿ ਕਿ ਮੋਡ ਰਹਿੰਦਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਨਲਾਈਨ ਜਿਹੜਾ ਤੁਸੀਂ ਆਫਲਾਈਨ ਹੈ ਉਹ ਅਪਲਾਈ ਕਰਨਾ ਹੈ ਜੀ ਲਿੰਕ ਮੈਂ ਤੁਹਾਨੂੰ ਦਿੱਤੇ ਹੋਏ ਨੇ ਫਾਰਮ ਨਾਲ ਅਟੈਚ ਨੇ ਠੀਕ ਹੈ ਫਾਰਮ ਨੂੰ ਤੁਸੀਂ ਐਜ਼ ਇਟ ਇਜ਼ ਪ੍ਰਿੰਟ ਆਊਟ ਕਢਵਾ ਕੇ ਭਰਨਾ ਹੋਏਗਾ ਨਾਲ ਤੁਸੀਂ ਲਗਾਣੇ ਨੇ ਆਪਣੇ ਸਾਰੇ ਰਿਕੁਆਇਰਡ ਡਾਕੂਮੈਂਟ ਪਹਿਲਾਂ ਤਾਂ ਐਲੀਜੀਬਿਲਿਟੀ ਚੈੱਕ ਕਰਕੇ ਅਪਲਾਈ ਕਰਨਾ ਕਿਉਂਕਿ ਜਿਹੜੀ ਜਿਹੜੀ ਪੋਸਟ ਲਈ ਜੋ ਜੋ ਐਲੀਜੀਬਿਲਿਟੀ ਮੰਗੀ ਗਈ ਹੈ ਸਿਰਫ ਉਹੀ ਤੁਸੀਂ ਅਪਲਾਈ ਕਰਨਾ ਹੈ ਉਸ ਤੋਂ ਬਾਅਦ ਆਪਣੇ ਸਾਰੇ ਡਾਕੂਮੈਂਟ ਨਾਲ ਅਟੈਚ ਕਰਨੇ ਨੇ ਇੱਕ ਇੱਕ ਕਾਪੀ ਕਰਾ ਕੇ 셀ਫ ਟੈਸਟਿਡ ਕਰਕੇ ਫਾਰਮ ਤੁਹਾਨੂੰ ਖੁਦ ਹੀ ਭਰਨਾ ਪਏਗਾ ਰੀਜ਼ਨ ਬੀਇੰਗ ਫਾਰਮ ਭਰਨ ਦੇ ਵਿੱਚ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਜਾਂ ਤੁਸੀਂ ਨਹੀਂ ਭਰ پا ਰਹੇ ਹੋ ਤਾਂ ਕਿਸੇ ਦੀ ਹੈਲਪ ਲੈ ਸਕਦੇ ਹੋ ਲਾਗੇ ਜਿਹਨਾਂ ਨੂੰ ਥੋੜੀ ਬਹੁਤ ਨੌਲੇਜ ਹੋਵੇ ਫਾਰਮ ਭਰਨ ਦੀ ਕਰਕੇ ਅਟੈਚ ਕਰਕੇ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਜਿਹੜਾ ਸੈਂਡ ਕਰ ਦੇਣਾ ਜੋ ਕਿ ਨੋਟੀਫਿਕੇਸ਼ਨ ਦੇ ਵਿੱਚ ਡਿਟੇਲ ਦਿੱਤੀ ਹੋਈ ਕਿ ਕਿੱਥੇ ਸੈਂਡ ਕਰਨਾ ਹੈ ਠੀਕ ਹੈ ਜੀ ਉਹਦੇ ਤੁਸੀਂ ਸੈਂਡ ਕਰ ਦੇਣਾ ਠੀਕ ਹੈ ਜੀ ਕੋਈ ਐਪਲੀਕੇਸ਼ਨ ਫੀ ਤਾਂ ਹੈ ਨਹੀਂ ਹੈ ਇਸਦੇ ਲਈ ਆਫਲਾਈਨ ਹੀ ਅਪਲਾਈ ਕਰਨਾ ਕੋਈ ਹੋਰ ਮੋਡ ਮੋਡ ਜਿਹੜਾ ਜੀ ਅਪਲਾਈ ਕਰਨ ਦਾ ਨਹੀਂ ਹੈਗਾ ਬਾਕੀ ਮੈਂ ਇਸ ਜੋ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਾਂਗਾ ਤੁਸੀਂ ਡਾਊਨਲੋਡ ਕਰ ਪਾਉਗੇ ਸੇਮ ਇੰਟਰਫੇਸ ਤੁਹਾਡੇ ਕੋਲ ਆਏਗਾ ਲਾਸਟ ਵਿੱਚ ਜਾ ਕੇ ਤੁਹਾਨੂੰ ਜਿਹੜੇ ਨੇ ਰਿਕੁਆਇਰਡ ਲਿੰਕ ਜਿਹੜੇ ਨੇ ਉਹ ਮਿਲ ਜਾਂਦੇ ਨੇ ਤੁਸੀਂ ਇਹ ਦੇਖ ਪਾ ਰਹੇ ਹੋ ਠੀਕ ਹੈ ਜੀ ਲ ਹੰਦੇ ਨੇ ਜਿਹੜੇ ਕੀ ਤੁਹਾਡੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਹਿਲੇ ਦੂਜਾ ਲਿੰਕ ਹੀ ਜਿਹੜਾ ਜੀ ਹੈਗਾ ਉਹ ਡਾਊਨਲੋਡ ਕਰਨ ਦਾ ਨੋਟੀਫਿਕੇਸ਼ਨ ਪਲੱਸ ਜਿਹੜਾ ਜੀ ਐਪਲੀਕੇਸ਼ਨ ਫਾਰਮ ਸੋ ਤੁਸੀਂ ਇਹਦੇ ਨਾਲ ਅਪਲਾਈ ਕਰ ਲੈਣਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਤੁਹਾਨੂੰ ਆਉਂਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਕਮੈਂਟ ਕਰਕੇ ਦੱਸ ਸਕਦੇ ਹੋ ਫਿਰ ਵੀ ਤੁਹਾਡੀ ਹੈਲਪ ਕਰਾਂਗੇ ਲੇਕਿਨ ਫਿਰ ਵੀ ਅਗਰ ਇਰੈਲੇਵੈਂਟ ਕੁਐਸਚਨਸ ਆਂਦੇ ਨੇ ਤਾਂ ਉਹਨਾਂ ਨੂੰ ਥੋੜਾ ਜਿਹਾ ਅਨਸਰ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੀ ਸੋ ਜੋ ਵੀ ਰੈਲੇਵੈਂਟ ਕੁਐਸਚਨ ਹੋਣਗੇ ਜੋ ਅਸੀਂ ਵੀਡੀਓ ਚ ਨਹੀਂ ਦੱਸਿਆ ਸਿਰਫ ਉਹੀ ਅਨਸਰ ਕਰ ਪਾਵਾਂਗੇ ਜ਼ਰੂਰ ਪੁੱਛਣਾ ਅਨਸਰ ਤੁਹਾਡਾ